ਜ਼ੀਰੋ ਲਾਈਨ ਨਿਊਜ਼ ਵਿੱਚ ਆਪ ਜੀ ਦਾ ਸਵਾਗਤ ਹੈ। ਰੋਪੜ ਤੋਂ ਗੁਰਿੰਦਰ ਗੁਰੀ ਦੀ ਖਾਸ ਰਿਪੋਰਟ। ਮੈਂ ਚਾਹ ਕੇ ਵੀ ਅਗਲੇ 100 ਸਾਲਾਂ ਤੱਕ ਇੰਪਰੂਵਮੈਂਟ ਟਰੱਸਟਾਂ 'ਚ ਕਰਪਸ਼ਨ ਨਹੀਂ ਰੁਕ ਸਕਦਾ। ਲੁਧਿਆਣਾ 'ਚ 4 ਲੱਖ ਘਰ ਪਰੰਤੂ ਨਿਗਮ ਦੇ ਰਿਕਾਰਡ 'ਚ 90,310 ਘਰਾਂ ਦਾ ਸੂਬੇ ਨੂੰ ਟੈਕਸ ਨਹੀਂ ਆ ਰਿਹਾ। ਜਿਹੜਾ 90,000 ਘਰਾਂ ਦਾ ਟੈਕਸ ਬਣਦਾ ਵੀ ਹੈ ਉਹ ਵੀ ਇੰਸਪੈਕਟਰ 2,000 ਤਾਰ ਜੇਬ 'ਚ ਪਾ ਲੈਂਦੇ ਹਨ। ਇਹ ਕਹਿਣਾ ਹੈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਾ। ਰੂਪਨਗਰ ਦੀ IIT ਵਿੱਚ 8 ਮਾਰਚ ਤੋਂ ਸ਼ੁਰੂ ਹੋਏ ਆਫ ਰੋਡ ਮੁਕਾਬਲੇ ਛੰਨ ਸ਼ੌਕਟ ਨਾਲ ਸਮਾਪਤ ਹੋਏ। ਸਮਾਪਤੀ ਦੇ ਦਿਨ ਦਾ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਹਨਾਂ ਰੇਸਾਂ ਵਿੱਚ ਦੇਸ਼ ਭਰ ਤੋਂ 60 ਤਕਨੀਕੀ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਸਿੱਧੂ ਵੱਲੋਂ ਜਿੱਥੇ ਅਤਿ ਆਧੁਨਿਕ ਟੈਕਨੋਲੋਜੀ ਦੀ ਖੁੱਲ੍ਹ ਕੇ ਤਾਰੀਫ ਕੀਤੀ, ਉੱਥੇ ਹੀ ਆਪਣੀ ਸਰਕਾਰ ਦੇ ਰਾਜ ਵਿੱਚ ਨਗਰ ਨਿਗਮਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਵੀ ਜੱਗ ਜ਼ਾਹਿਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਚਾਹ ਕੇ ਵੀ ਅਗਲੇ 110 ਸਾਲਾਂ ਵਿੱਚ ਟਰੱਸਟਾਂ 'ਚ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕਦੇ। ਇਸ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਈ ਗਵਰਨੈਂਸ ਦਾ ਲਾਗੂ ਹੋਣਾ ਲਾਜ਼ਮੀ ਹੈ। ਦੇਖਦੇ ਰਹੇ ਜ਼ੀਰੋ ਲਾਈਨ। ਵੇਖੋ, ਪਹਿਲੀ ਵਾਰੀ ਨਹੀਂ, ਇਹ ਸਭ ਤੋਂ ਵੱਡਾ ਫਖਰ ਗੌਰਵਪੂਰਨ ਪਲ ਹੈ ਕਿ ਮੈਂ ਅੱਜ IIT ਦੇ ਵਿੱਚ ਖੜਾ। ਪੰਜਾਬ ਦੀ ਪਹਿਲੀ IIT ਜਿਹੜੀ 300 ਬੱਚਿਆਂ ਨਾਲ ਸ਼ੁਰੂ ਹੋਈ ਸੀ, ਅੱਜ 1200 ਨੇ, 10,000 ਦੀ ਕਪੈਸਿਟੀ ਹੈ। ਦੇਖੋ, ਸਾਡੀ ਸਭ ਤੋਂ ਵੱਡੀ ਜ਼ਰੂਰਤ ਅਗਰ ਸੂਬੇ ਦੀ ਅੱਜ ਹੈ ਉਹ ਐਜੂਕੇਸ਼ਨ ਨਹੀਂ, ਕੁਆਲਿਟੀ ਐਜੂਕੇਸ਼ਨ ਹੈ। ਦੇਖੋ, ਐਜੂਕੇਸ਼ਨ ਦੇ ਨਾਲ ਡਿਗਰੀ ਮਿਲ ਜਾਂਦੀ ਹੈ ਪਰ ਡਿਗਰੀ ਨਾਲ ਜੋਬ ਨਹੀਂ ਮਿਲਦੀ, ਅਤੇ ਇਹ ਉਹ ਕੁਆਲਿਟੀ ਐਜੂਕੇਸ਼ਨ ਹੈ ਕਿ ਤੁਹਾਨੂੰ ਆਪਣੀ ਡਿਗਰੀ ਕਰਨ ਤੋਂ ਪਹਿਲਾਂ ਹੀ ਲੋਕ ਲਾਈਨਾਂ ਲਾ ਕੇ ਤੁਹਾਡੇ ਅੱਗੇ ਖੜ੍ਹੇ ਹੁੰਦੇ ਆ। ਸਭ ਤੋਂ ਵੱਡੀ ਗੱਲ ਹੈ ਕਿ ਅੱਜ ਇੱਥੇ ਕ੍ਰੀਏਟਿਵ ਸਕਿੱਲਸ ਨੂੰ ਹੋਨ ਕਰ ਰਹੇ ਆ। ਦੇਖੋ, ਹਰ ਬੱਚੇ ਨੇ ਆਪਣੀ ਕਾਰ ਦਾ ਡਿਜ਼ਾਈਨ ਆਪ ਬਣਾਇਆ, ਆਪਣੇ ਆਪ ਖੁਦ ਮੁਖਤਿਆਰ ਹੋ ਕੇ। ਸਮਸਤ ਉੱਨਤੀ ਦਾ ਆਧਾਰ ਵੇਦ ਲਿਖਦੇ ਆ ਆਤਮ ਨਿਰਭਰਤਾ ਹੈ। ਸੋ ਬੱਚਿਆਂ ਨੂੰ ਐਜੂਕੇਸ਼ਨ ਦੇ ਰਾਹੀਂ ਆਤਮ ਨਿਰਭਰ ਕਰਨਾ, ਟੈਕਨੀਕਲ ਨੌਲੇਜ ਦੇਣੀ। ਜੀ, ਇਟਸ ਅ ਵਰਲਡ ਆਫ ਟੈਕਨੋਲੋਜੀ। ਵਿਗਿਆਨ ਨੇ ਅੰਨਿਆਂ ਨੂੰ ਅੱਖਾਂ ਦਿੱਤੀਆਂ, ਬੋਲਿਆਂ ਨੂੰ ਕੰਨ ਦਿੱਤੇ ਆ, ਉਹਨੇ ਇਨਸਾਨ ਦਾ ਜੀਵਨ ਦੀਰਘ ਕਰ ਦਿੱਤਾ ਹੈ। ਸੀ, ਇਫ ਯੂ ਕੈਨ ਯੂਜ਼ ਦਿਸ ਟੈਕਨੋਲੋਜੀ, ਪੰਜਾਬ ਕੈਨ ਪ੍ਰੋਸਪਰ ਇਨ 1 ਈਅਰ ਦੈਟ ਇਟ ਕੈਨ ਨੋਟ ਇਨ ਦ ਨੈਕਸਟ 100 ਈਅਰਸ। ਐਂਡ ਵੈਨ ਆਈ ਸੇ ਦੈਟ, ਤੁਸੀਂ ਏਅਰ ਸਰਵੇਲੈਂਸ ਦੇਖੋ। ਮੈਂ ਛੋਟਾ ਜਿਹਾ ਉਦਾਹਰਣ ਦੇ ਰਿਹਾ ਟੈਕਨੋਲੋਜੀ ਦਾ। ਅਸੀਂ ਇਹ ਪੁੱਛਿਆ ਲੁਧਿਆਣੇ ਵਾਲਿਆਂ ਨੂੰ ਵੀ ਕਿੰਨੇ ਘਰ ਨੇ ਜਿਨ੍ਹਾਂ ਤੋਂ ਤੁਸੀਂ ਟੈਕਸ ਲੈਂਦੇ ਹੋ। ਉਹਨਾਂ ਕਿਹਾ ਜੀ 90,000 ਘਰ ਨੇ ਸਾਨੂੰ ਜਿੱਥੋਂ ਅਸੀਂ ਟੈਕਸ ਲੈਂਦੇ ਹਾਂ। ਅਤੇ ਜਦੋਂ ਏਅਰ ਸਰਵੇਲੈਂਸ ਕਰਾਈ, ਸੈਟੇਲਾਈਟ ਤੋਂ ਇਹ ਪਤਾ ਕਰਾਇਆ ਵੀ ਕਿੰਨੇ ਘਰ ਨੇ, ਅਤੇ 4 ਲੱਖ ਘਰ ਨਿਕਲੇ। ਹੁਣ ਤੁਸੀਂ ਹਿਸਾਬ ਲਾਓ, 3,10,000 ਘਰਾਂ ਦਾ ਟੈਕਸ ਪੰਜਾਬ ਨੂੰ ਨਹੀਂ ਆ ਰਿਹਾ, ਅਤੇ ਜਿਹੜੇ 90,000 ਵੀ ਨੇ ਉੱਥੇ ਵੀ ਇੰਸਪੈਕਟਰ ਜਾ ਕੇ 500 ਜੇਬ 'ਚ ਪਾ ਕੇ, 1,000-2,000 ਜੇਬ 'ਚ ਪਾ ਕੇ ਉਹ ਖੜ੍ਹਾ ਰੱਖਦਾ। ਏਰੀਅਰਸ ਹੀ ਇੰਨੇ ਨੇ। ਜੇ ਮੈਂ ਚਾਹਾਂ ਕਰਪਸ਼ਨ ਦੂਰ ਕਰਦਿਆਂ, ਮੈਂ ਇੰਪਰੂਵਮੈਂਟ ਟਰੱਸਟ ਦੀ ਕਰਪਸ਼ਨ ਦੂਰ ਨਹੀਂ ਕਰ ਸਕਦਾ ਅਗਲੇ 100 ਸਾਲ, ਲੇਕਿਨ ਜੇ ਈ ਗਵਰਨੈਂਸ ਆ ਜਾਂਦੀ ਹੈ ਅਤੇ ਪੰਜੀ ਕਦੋਂ ਹਿਲਦੀ ਹੈ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ, ਤੁਹਾਨੂੰ ਉਹਦਾ ਪਤਾ ਲੱਗਦਾ। ਆਡਿਟਸ, ਐਵਰੀਥਿੰਗ ਇਜ਼ ਸੋ ਕੰਟਰੋਲਡ ਬਾਈ ਟੈਕਨੋਲੋਜੀ ਟੂਡੇ। ਇਲੀਗਲ ਬਿਲਡਿੰਗਾਂ ਨੇ, ਇਲੀਗਲ ਕਲੋਨੀਆਂ ਨੇ, ਉੱਤੋਂ ਡਰੋਨ ਸਰਵੇਲੈਂਸ ਕਰਦੇ ਆ ਅੱਜ ਕੱਲ੍ਹ, 5 ਫੁੱਟ ਕੀ 5 ਇੰਚ ਚੁੱਕ ਲੈਂਦੇ ਆ, ਪਿੰਨ ਚੁੱਕ ਲੈਂਦੇ ਆ। ਸੋ ਯੂ ਵਿਲ ਨੋ ਇਮੀਡੀਏਟਲੀ ਕਿ ਆਹ 5 ਫੁੱਟ ਵਧੀ ਹੈ, ਆਹ 5 ਫੁੱਟ ਘਟੀ ਹੈ, ਅਤੇ ਆਹ ਫਲਾਨਾ ਆਹ ਟਮਕਾਨਾ। ਟੂ ਕਨੈਕਟ ਇਟ ਟੂ ਦੀ ਪ੍ਰੋਗਰੈਸ ਆਫ ਦੀ ਸਟੇਟ, ਇਟ ਇਜ਼ ਰਿਕੁਆਇਰਡ।
ਵੀ ਹੈਵ ਐਕਚੁਅਲੀ ਫਾਲਨ ਫਾਰ ਬਿਹਾਈਂਡ। ਤੁਸੀਂ ਜੇ ਦੇਖੋ ਈ ਗਵਰਨਸ ਸਾਡੇ ਕੋਲ ਸੰਦੇਸ਼ ਆਇਆ ਸੀ 2006 'ਚ ਅਤੇ ਅੱਜ 2018 ਹੋ ਗਈ ਹੈ। ਇਹ ਕਿਉਂ? ਕਿਉਂਕਿ ਰੈਜ਼ਿਸਟੈਂਸ ਅੰਦਰੋਂ ਹੈ। ਜਿਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ, ਜਿਹੜੇ ਚੋਰੀ ਕਰਦੇ ਆ, ਉਹਨਾਂ ਨੂੰ ਲੱਗਦਾ ਉਹਨਾਂ ਦੀ ਦੁਕਾਨ ਬੰਦ ਹੋ ਜਾਣੀ। ਲੇਕਿਨ ਜਦੋਂ ਆਈਡੀਆ ਆਉਂਦਾ ਟੈਕਨੋਲੋਜੀ ਦਾ, ਇਟ ਓਵਰਟੇਕਸ ਐਵਰੀਥਿੰਗ, ਦ ਵਰਲਡ ਇਜ਼ ਚੇਂਜਿੰਗ। ਕੋਈ ਸੋਚਦਾ ਸੀਗਾ, ਅਸੀਂ 90 ਓਵਰਾਂ ਦੇ ਵਿੱਚ ਖੇਡਦੇ ਸੀ ਅਤੇ 90 ਓਵਰਾਂ ਦੇ ਵਿੱਚ 200 ਰਨ ਬਣਾਉਂਦੇ ਸੀ, ਅੱਜ ਕੱਲ੍ਹ 20 ਓਵਰਾਂ ਦੇ ਵਿੱਚ ਗੇਲ 175 ਬਣਾ ਦਿੰਦਾ। ਕੋਈ ਸੋਚਦਾ ਸੀ? ਜਦੋਂ ਅਸੀਂ ਛੱਕਾ ਮਾਰਦੇ ਸੀਗੇ ਤਾਂ ਬਿਸ਼ਨ ਸਿੰਘ ਬੇਦੀ ਮੈਨੂੰ ਬਾਹਰ ਕੱਢ ਦਿੰਦੇ ਸੀ, ਐਸਪਾਇਰਿੰਗ ਟੂ ਪਲੇ ਫੋਰ ਦ ਕੰਟਰੀ ਐਂਡ ਪਲੇਇੰਗ ਸਟੂਪਿਡ ਸ਼ਾਟਸ ਇਨ ਦੀ ਏਅਰ। ਅਤੇ ਹੁਣ ਵੇਖੋ, ਸਹਿਵਾਗ ਪਹਿਲੀ ਗੇਂਦ ਠੱਕ ਮਾਰਦਾ ਉਹ ਬਾਹਰ, ਅਤੇ ਅਸੀਂ ਸਿਕਸਰ ਸਿੱਧੂ ਉਦੋਂ ਬਣੇ ਸੀ। ਗੱਲ ਨੂੰ ਸਮਝੋ ਮੇਰੀ, ਕਿ ਦੀ ਵਰਲਡ ਇਜ਼ ਚੇਂਜਿੰਗ ਫਰੋਮ ਵਾਈਟ ਕਲੋਥ ਇਟਸ ਬਲੂ ਕਲੋਥ, ਫਰੋਮ ਟੈਸਟ ਕ੍ਰਿਕਟ ਇਟ ਇਜ਼ ਦੀ 20 ਓਵਰ ਕ੍ਰਿਕਟ, ਦ ਵਰਲਡ ਇਜ਼ ਇਨ ਦ ਫਰਾਰੀ ਲੇਨ, ਦ ਵਰਲਡ ਇਜ਼ ਇਨ ਦ ਬ੍ਰਿਸਕ ਲੇਨ, ਦ ਵਰਲਡ ਇਜ਼ ਇਨ ਦ ਲੇਨ ਆਫ ਪ੍ਰੋਗਰੈਸ, ਜਿਹੜਾ ਸਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੀ। ਵਾਈ ਦੀਜ਼ ਯੰਗਸਟਰਸ ਆਰ ਗੋਇੰਗ ਟੂ ਬੀ ਦ ਫਿਊਚਰ ਆਫ ਦੀ ਕੰਟਰੀ ਇਜ਼, ਕਿ ਆਉਣ ਵਾਲਾ ਸਮੇਂ ਮੋਬਾਈਲ ਦੇ ਉੱਤੇ ਹੋਣਾ। ਇਹ ਤੁਹਾਡੇ ਚੈਨਲ, ਇਹ ਤੁਹਾਡੀ ਨਿਊਜ਼, ਇਹ ਤੁਹਾਡੀਆਂ ਫਿਲਮਾਂ, ਇਹ ਤੁਹਾਡੇ ਟੀਵੀ, ਇਹ ਸਾਰੇ ਨਿਆਣਿਆਂ ਦੀ ਉਸ 'ਤੇ ਹੋਣੇ ਆ। ਸਾਨੂੰ ਗ੍ਰੀਨ ਬਟਨ ਰੈੱਡ ਬਟਨ ਆਉਂਦਾ, ਚਲੋ ਗੱਲ ਮੁੱਕੀ, ਪਰ ਅਸੀਂ ਬਾਬੇ ਆਦਮ ਦੇ ਵੇਲੇ ਦੇ ਪ੍ਰੈਫਰ ਕਰਦੇ ਹਾਂ। ਮੇਰਾ ਪੁੱਤ ਮੈਨੂੰ ਕਹਿੰਦਾ, ਇਹ ਕੀ ਕਰਦਾ ਬਾਪੂ, ਇਹ ਟਕ 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 ਹਾਲ ਹੈ, ਮੈਂ ਅਖਬਾਰ ਪੜ੍ਹ ਲਏ। ਸੋ ਮੈਂ ਅਖਬਾਰ ਮੰਗਦਾ, ਮੈਂ ਕਹਿੰਦਾ ਅਖਬਾਰ ਨਹੀਂ ਆਏ, ਉਹ ਸਵੇਰੇ ਹੀ ਪੇਪਰ 'ਚ ਪੜ੍ਹ ਕੇ ਉਹ ਮਾਰਦਾ। ਇਹਦੀ ਪੁਆਇੰਟ ਇਜ਼ ਦੈਟ ਵੀ ਮਸਟ ਚੇਂਜ ਵਿਦ ਦ ਚੇਂਜਿੰਗ ਟਾਈਮਸ। ਤੁਸੀਂ ਬੈਲ ਗੱਡੀ ਦੇ ਉੱਤੇ ਚੜ੍ਹ ਕੇ ਤੁਸੀਂ ਮਰਸੀਡੀਜ਼ ਨਹੀਂ ਫੜ ਸਕਦੇ। ਯੂ ਵਿਲ ਐਕਚੁਅਲੀ ਹੈਵ ਟੂ ਅਡੈਪਟ ਐਂਡ ਫੈਸਿਲੀਟੇਟ ਯੋਰ ਚਿਲਡਰਨ ਫੋਰ ਦੀ ਫਿਊਚਰ, ਐਂਡ ਆਈ ਥਿੰਕ ਟੈਕਨੋਲੋਜੀ ਇਜ਼ ਗੋਇੰਗ ਟੂ ਬੀ ਦੀ ਲੀਡਿੰਗ ਹੈਂਡ, ਦੀ ਸੈਂਟਰੀਫਿਊਗਲ ਫੋਰਸ। ਜਿੱਦਾਂ ਅੱਗਾਂ ਦੇ ਢੇਰਾਂ ਨੂੰ ਕੋਈ ਖਾ ਨਹੀਂ ਸਕਦਾ, ਪ੍ਰਿਥਵੀ ਨੂੰ ਉੱਚਾ ਉਠਾ ਨਹੀਂ ਸਕਦਾ, ਸਾਗਰਾਂ ਨੂੰ ਜਿੱਦਾਂ ਕੋਈ ਸੁਕਾ ਨਹੀਂ ਸਕਦਾ, ਉਸੇ ਤਰ੍ਹਾਂ ਰਹਿੰਦੀ ਕਾਇਨਾਤ ਤੱਕ ਟੈਕਨੋਲੋਜੀ ਦੀ ਤਾਕਤ ਨੂੰ, IIT ਦੀ ਤਾਕਤ ਨੂੰ ਰਹਿੰਦੀ ਕਾਇਨਾਤ ਤੱਕ ਕੋਈ ਦਬਾ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ। ਦੈਟਸ ਮਾਈ ਪੁਆਇੰਟ। ਕੰਮ ਕੀਤੇ ਹੈ ਜਿਹੜੀ ਜਿਹੜੀ ਮਿਨਿਸਟਰੀ ਹੈ ਉਹਨੇ ਕੰਮ ਕੀਤੇ ਹੈ। ਅੱਜ ਮੈਂ ਅਖਬਾਰਾਂ ਦੀ ਗੱਲ ਕੀਤੀ ਹੈ, ਅੱਜ ਅਖਬਾਰਾਂ ਦੇ ਵਿੱਚ ਬੜਾ ਕੁਝ ਛਪਿਆ ਹੈ। ਸਿੱਧੂ ਸਾਹਿਬ, ਇਹ ਤੁਸੀਂ ਦੱਸਣਾ ਮਹਾਰਾਜ, ਲੋਕਤੰਤਰ ਦੇ ਆਵਾਜ਼ ਖਲਕ ਨਗਾੜਾ ਖੁਦਾ, ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ, ਇਹ ਤੁਸੀਂ ਦੱਸੋ। ਤੁਸੀਂ ਆਪਣੀ ਸਾਲ ਦੀ ਗੱਲ ਕਰਦੇ ਹੋ, ਤੁਸੀਂ ਮੈਂ ਕਹਿੰਦਾ ਸੰਤੁਸ਼ਟ ਹੋ ਵੱਧ। ਔਰ ਇਸਲੀ ਯੇ ਇਵੈਂਟ, ਮਤਲਬ ਯੇ ਹਮਾਰਾ ਜੋ ਯੁਵਾ ਪੀੜ੍ਹੀ ਹੈ ਉਸਕੋ ਸਿਖਾਤੇ ਹੈ ਕਿ ਆਜ ਕਾ ਮਾਰਕੀਟ ਪਲੇਸ ਮੇ ਕਿਆ ਜ਼ਰੂਰੀ ਹੈ। ਜ਼ਰੂਰੀ ਸਿਰਫ ਇੱਕ ਡਿਗਰੀ ਨਹੀਂ ਹੈ, ਆਪਕਾ ਵੋ ਜੋ ਸਕਿੱਲ ਸਾਰੇ ਇਕੱਠੇ ਕਰਨੇ ਕਾ, ਸਾਰੇ ਨੌਲੇਜ ਕੋ ਇਕੱਠੇ ਕਰਨੇ ਕਾ, ਵਹੀ ਇੰਪੋਰਟੈਂਟ ਹੈ, ਔਰ ਵੋ ਯੇ ਸਿਖਾਤਾ ਹੈ। ਉਸ ਹਿਸਾਬ ਸੇ ਮੈਂ ਤੋ ਕਹੂੰਗਾ ਯੇ ਇਵੈਂਟ ਵੈਰੀ ਵੈਰੀ ਸਕਸੈਸਫੁਲ, ਵੀ ਆਰ ਸਟਾਰਟਿੰਗ ਦੈਟ। ਆਪ ਦੇਖੇਂਗੇ ਔਰ ਜ਼ਿਆਦਾ ਸਟੂਡੈਂਟ ਯਹਾਂ ਆਏਂਗੇ, ਅਬ ਜੋਬ ਢੂੰਢਣੇ ਕਾ ਜਗ੍ਹਾ, ਉਹ ਜੋਬ ਕ੍ਰੀਏਸ਼ਨ ਕਰਤੇ ਜਾਏਂਗੇ, ਤੋ ਇਸੇ ਇਸੇ ਫਾਇਦਾ ਹੋਗਾ ਯੇ ਸਾਰੇ ਰੀਜਨ ਕਾ। ਦੇਖੀਏ ਸਾਰੇ ਮੁੱਦਾ ਤੋ ਹੈ ਜੋਬ ਕਾ, ਜੋਬ ਕ੍ਰੀਏਸ਼ਨ। ਯੇ ਜੋਬ ਕ੍ਰੀਏਸ਼ਨ ਉਹ ਤਭੀ ਕਰ ਪਾਏਂਗੇ ਜਬ ਸਟੂਡੈਂਟ ਖੁਦ ਇੰਟਰਪ੍ਰੀਨਰ ਬਣ ਜਾਏਂਗੇ। ਅਬ ਤੱਕ ਤੋ ਫਾਈਨਲ ਈਅਰ ਜਾਣੇ ਸੇ ਸੋਚਦਾ ਥਾ ਹਾਂ ਕਿਤਨੇ ਲੱਖ ਕਾ ਜੋਬ ਮਿਲੇਂਗੇ, ਅਭੀ ਉਹ ਸੋਚੇਗਾ ਅਰੇ ਮੇਰੇ ਪਾਸ ਇੱਕ ਆਈਡੀਆ ਹੈ, ਇਸਕੋ ਕਿਆ ਮੈਂ ਲਗਾ ਸਕਤਾ ਹੂੰ, ਮੈਂ ਇੱਕ ਕੰਪਨੀ ਸ਼ੁਰੂ ਕਰ ਸਕਤਾ ਹੂੰ। ਤੋ ਯੇ ਆਪ ਦੇਖੇਂਗੇ ਕਿ ਅੱਜ ਹਮ 4-5-6 ਕੰਪਨੀਜ਼ ਇਨਕਿਊਬੇਟ ਕਰ ਰਹੇ ਹੈ। ਆਪ ਦੇਖੇਂਗੇ ਐਸੇ ਇਵੈਂਟ ਹੋਣੇ ਮੇਂ ਅਬ ਅਗਲੇ 5 ਸਾਲ ਮੇਂ ਸ਼ਾਇਦ ਹਮ 100 ਕੰਪਨੀ ਇਨਕਿਊਬੇਟ ਕਰੇਂਗੇ, ਤੋ ਇਸੇ ਫਾਇਦਾ ਹੋਗਾ, ਯੇ ਰੀਜਨ ਕਾ ਫਾਇਦਾ ਹੋਗਾ, ਸਟੂਡੈਂਟਸ ਕਾ ਫਾਇਦਾ ਹੋਗਾ, ਕੰਟਰੀ ਕਾ ਫਾਇਦਾ ਹੋਗਾ, ਯਹੀ। ਮਾਰਚ 9 ਤੋਂ 11
ਅਸੀਂ ਵੇਟ ਕਰ ਰਹੇ ਸੀ, ਹਮੇ ਪਤਾ ਸਾਨੂੰ ਪਤਾ ਸੀ ਵੀ ਇਹ ਇੱਕ ਨਵੀਂ ਦਿਸ਼ਾ ਜ਼ਰੂਰ ਦੇਗਾ, ਮਗਰ ਮੈਂ ਦੱਸਣਾ ਚਾਹਾਂਗੀ ਕਿ ਇਹ 3 ਦਿਨਾਂ 'ਚ ਅਸੀਂ ਦੇਖਿਆ ਕਿ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਬਹੁਤ ਜ਼ਿਆਦਾ ਸਾਨੂੰ ਅੱਛਾ ਐਕਸਪੀਰੀਅੰਸ ਮਿਲਿਆ ਹੈ। 2 ਜਾਂ 3 ਪਾਰਟੀਕੁਲਰਲੀ ਚੀਜ਼ਾਂ ਸਾਡੇ ਆਪਣੇ 200 ਸਟੂਡੈਂਟਸ ਜਿਹੜੇ ਇਹਦੇ ਵਿੱਚ ਲੱਗੇ ਹੋਏ ਆ, ਵਲੰਟੀਅਰਸ ਕਰ ਰਹੇ ਆ, ਉਹਨਾਂ ਦੀ ਜਿਹੜੀ ਟੈਕਨੀਕਲ ਸਪੋਰਟ ਹੈ ਉਸਸੇ ਬੈਟਰ ਸਪੋਰਟ ਹਮ ਕਈ ਵਾਰ ਲੈਬਸ ਮੇ ਵੀ ਨਹੀਂ ਦੇ ਸਕਦੇ, ਬਿਕਾਜ਼ ਉਨਕੋ 3-3 ਦਿਨ ਕੀ ਅੱਛੀ ਟ੍ਰੇਨਿੰਗ ਦੀ ਜਾਤੀ ਹੈ। ਉਸਕੇ ਇਲਾਵਾ ਜੋ ਪਾਰਟੀਸੀਪੈਂਟਸ ਹੈ, ਜਿਸ ਤਰ੍ਹਾਂ ਸੇ ਉਹਨਾਂ ਨੇ ਬਹੁਤ ਜ਼ਿਆਦਾ ਟੈਕਨੀਕਲ ਇਵੈਂਟਸ ਮੇ ਬਹੁਤ ਰਿਗਰ 3-3 ਦਿਨ ਪਰਫਾਰਮੈਂਸ ਦਿਖਾਈ ਹੈ, ਉਸਸੇ ਬੜੀਆ ਪਰਫਾਰਮੈਂਸ ਮੈਨੇ ਕਭੀ ਕਲਾਸ ਮੇ ਨਹੀਂ ਦੇਖੀ, ਲੈਕਚਰਸ ਮੇ ਨਹੀਂ ਦੇਖੀ, ਕਿਉਂਕਿ ਇਹ 3-4 ਦਿਨ ਨਹੀਂ, ਹਮੇ ਇੱਕ ਐਕਚੁਲੀ ਇੱਕ ਨਯਾ ਪਲੈਟਫਾਰਮ, ਹੈਂਡਸ ਔਨ ਐਕਸਪੀਰੀਅੰਸ, ਕਿਉਂਕਿ ਹਮ ਸਿਰਫ ਬਾਤੇ ਨਾ ਕਰਤੇ ਰਹੇ, ਕਿਸੀ ਕੁਛ ਕੁਛ ਲੋਕੋ ਕੋ ਆਗੇ ਆ ਕਰ ਉਨਕੋ ਨਯਾ ਪਲੈਟਫਾਰਮ ਵੀ ਦੇਣਾ ਪੜੇਗਾ, ਔਰ ਮੁਝੇ ਐਸਾ ਲੱਗ ਰਿਹਾ ਹੈ ਕਿ ਇਹ ਪਲੈਟਫਾਰਮ ਦਿਆ ਗਿਆ ਹੈ, ਐਂਡ ਆਲ ਆਫ ਅਸ ਹੈਡ ਸੀਨ ਦਿਸ ਓਵਰਵੈਮਿੰਗ ਯੂ ਨੋ ਐਕਸਪੀਰੀਅੰਸ ਵਿੱਚ ਐਵਰੀਬਡੀ ਹੈਜ਼ ਟੇਕਨ। ਪਲੇਸਮੈਂਟ ਦੇਰ ਇਜ਼ ਅ ਦੇਰ ਟੂ ਐਸਪੈਕਟਸ ਫੋਰ ਪਲੇਸਮੈਂਟਸ, ਵਨ ਫੋਰ ਦਾ ਪਾਰਟੀਸੀਪੈਂਟਸ ਹੂ ਹੈਵ ਕਮ ਹੀਅਰ, ਦੇ ਵਿਲ ਬੀ ਪਲੇਸ ਟੁਮੋਰੋ, ਐਂਡ ਬਾਈ ਲੁਕਿੰਗ ਐਟ ਦੈਮ ਅਨਦਰ ਐਸਪੈਕਟ ਇਜ਼ ਆਵਰ ਸਟੂਡੈਂਟਸ, ਦੇ ਹੈਵ ਸੀਨ ਵਟ ਇਜ਼ ਰਿਕੁਆਇਰਡ ਬਾਈ ਦੀ ਇੰਡਸਟਰੀ, ਸੋ ਆਫਟਰ ਦਿਸ ਦਾ ਪਲੇਸਮੈਂਟ ਵਿਲ ਬੀ, ਆਈ ਐਮ ਸ਼ੋਰ ਦੈਟ ਆਲਰੇਡੀ ਵੀ ਹੈਡ 80-90% 90% ਆਫ ਪਲੇਸਮੈਂਟ, ਇਟ ਮੇ ਗੋ ਟੂ 100, ਐਂਡ ਪੀਪਲ ਈਵਨ ਗੁੱਡ ਇੰਡਸਟਰੀਜ਼ ਆਰ ਕਮਿੰਗ, ਇਟਸ ਨੋਟ ਅਬਾਊਟ ਜਸਟ 100% ਪਲੇਸਮੈਂਟ, ਇਟਸ ਅ ਪਲੇਸਮੈਂਟ ਐਟ ਦਾ ਗੁੱਡ ਇੰਡਸਟਰੀਜ਼, ਪ੍ਰੀਮੀਅਰ ਇੰਡਸਟਰੀਜ਼, ਸੋ ਦੇ ਆਰ ਆਲਰੇਡੀ ਅਪਰੋਚਿੰਗ ਅਸ, ਹਮਾਰੇ ਜੋ ਟ੍ਰੇਨਿੰਗ ਐਂਡ ਪਲੇਸਮੈਂਟ ਇੰਚਾਰਜ ਹੈ ਉਹਨਾਂ ਨੇ ਆਲਰੇਡੀ ਬਤਾਇਆ ਦੈਟ ਦੇ ਆਰ ਗੈਟਿੰਗ ਦਾ ਕਾਲਸ। ਲੇਟੈਸਟ ਨਿਊਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ।